ਸਿੰਦਾਰਖ ਮਾਨੂ ਹਿੰ ਤਮਾਮ ਮੇਰੇ ਦੋਸਤਾਨੋ ਮੇਰੇ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਭਰਾ ਗਾਰਡਨ ਮਾਸਟਰ 786 ਤੁਸੀਂ ਆਦੇ ਭਰਾ ਦਾ ਚੈਨਲ ਵੇਖਦੇ ਪਿਓ 786 ਗਾਰਡਨ ਨਰਸਰੀ ਫਾਰਮ ਜਿਹੜੇ ਮੇਰੇ ਦੋਸਤ ਮੇਰੇ ਭਰਾ ਮੇਰੇ ਚੈਨਲ ਤੇ ਨਵੇਂ ਆਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੈ ਵੀਡੀਓ ਨੂੰ ਲਾਈਕ ਕਰਨ ਘੈਂਟੀ ਨੂੰ ਆਲਟ ਕਲਿੱਕ ਕਰਨ ਤਾਂ ਕਿ ਮੈਂ ਜਿਹੜੀ ਨਵੀਂ ਵੀਡੀਓ ਬਣਾਵਾ ਨਵੇਂ ਵੀਡੀਓ ਬਣਾਵਾਂ ਸਭ ਤੋਂ ਪਹਿਲੇ ਮੇਰੇ ਬਿਰਾਵਾ ਤੱਕ ਪਹੁੰਚੇ ਮੇਰੇ ਦੋਸਤੋ ਮੇਰੇ ਬਿਰਾਵਾ ਇਹ ਦੇਖੋ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਨਿਆ ਪੌਦਾ ਲੈ ਕੇ ਆਇਆ ਹਾਂ ਇਹ ਦੇਖੋ ਮੇਰੇ ਦੋਸਤੋ ਇਹਨੂੰ ਫੁੱਲ ਵੀ ਲੱਗਦੇ ਨੇ ਮੇਰੇ ਦੋਸਤੋ ਪੱਤਿਆਂ ਦੇ ਵਿੱਚ ਵੀ ਰੰਗ ਹੁੰਦਾ ਹੈ ਇਸ ਮੁਕ ਵੀਡੀਓ ਦੇ ਵਿੱਚ ਮੈਂ ਮੁਕੰਮਲ ਆਦੇ ਬਿਰਾਵਾ ਨੂੰ ਇਹਦਾ ਪੌਦਾ ਲਗਾਉਣ ਦਾ ਤਰੀਕਾ ਦੱਸਾਂ ਇਹ ਪੌਦਾ ਜੇ ਅਸੀਂ ਲਾਵੀਏ ਆਦੇ ਘਰੇ 'ਚ ਬਗੈਰ ਪੈਸਿਆਂ ਤੋਂ ਇਹਨੂੰ ਅਸੀਂ ਕਿਵੇਂ ਲਾ ਸਕਨੇ ਆ ਇਸ ਵੀਡੀਓ ਦੇ ਵਿੱਚ ਮੈਂ ਇਹ ਬਰਾਵਾਂ ਨੂੰ ਇਸ ਬੂਟੇ ਦਾ ਨਾਮ ਵੀ ਦੱਸਾਂ ਤੇ ਇਹਨਾਂ ਦਾ ਲਾਉਣ ਦਾ ਵੀ ਤਰੀਕਾ ਦੱਸਾਂ ਇਹਨਾਂ ਦਾ ਲਾਉਣ ਦਾ ਤਰੀਕਾ ਮੇਰੇ ਦੋਸਤੋ ਬੜਾ ਹੀ ਆਸਾਨ ਹੈ ਵੀਡੀਓ ਮੇਰੇ ਦੋਸਤੋ ਪੂਰੀ ਵੇਖਿਆ ਇਹਦੇ ਵਿੱਚ ਤੁਹਾਨੂੰ ਮੁਕੰਮਲ ਤਰੀਕਾਕਾਰ ਇਸ ਵੀਡੀਓ ਚ ਦੱਸਿਆ ਜਾਸੀ ਵੀ ਇਸ ਪੌਦੇ ਦਾ ਨਾਮ ਵੀ ਦੱਸਾਂ ਮੈਂ ਬਰਾਵਾਂ ਨੂੰ ਇਹਨਾਂ ਦਾ ਲਾਉਣ ਦਾ ਵੀ ਤਰੀਕਾ ਦੱਸਾਂ ਐ ਦੇਖੋ ਮੇਰੇ ਦੋਸਤੋ ਇਹਦੇ ਪੱਤੇ ਨੇ ਲਾਰੰਗੇ ਚ ਇਹ ਉੱਤੇ ਫੁੱਲ ਆ ਰਹੇ ਨੇ ਆ ਦੇਖੋ ਇਹ ਫੁੱਲ ਹੁਣ ਖਿਲਨੇ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਡੋਡੀ ਬਣ ਜਾਣੀ ਹੈ ਮੇਰੇ ਦੋਸਤੋ ਇਸ ਤਰ੍ਹਾਂ ਦੀ ਡੋਡੀ ਬਣ ਜਾਏਗੀ ਇਹ ਸਬਜ਼ਾਦ ਦਾ ਨਾਂ ਹੈ ਜੀ ਟਕੋਮਾ ਇਹ ਸਦਾਬਾਰ ਪੌਦਾ ਹੈ ਮੇਰੇ ਦੋਸਤੋ ਨਾ ਗਰਮੀ ਚ ਸੜੇਤ ਨਾ ਸਰਦੀ ਚ ਸੜੇ ਇਹਨੂੰ ਮੇਰੇ ਭਰਾ ਗਮਲੇ ਚ ਲਾ ਕੇ ਰੱਖ ਸਕਦੇ ਨੇ ਜ਼ਮੀਨੇ ਚ ਲਾ ਸਕਦੇ ਨੇ ਇਨ ਸ਼ਾਪਰੀ ਚ ਲਗਾ ਸਕਦੇ ਨੇ ਇਹਨੂੰ ਇਨਡੋਰ ਵੀ ਰੱਖਿਆ ਜਾ ਸਕਦਾ ਹੈ ਇਹ ਬਾਹਰ ਵੀ ਮੈਦਾਨੇ ਚ ਖੁੱਲ੍ਹੇ ਸੇਨੇ ਚ ਵੀ ਰੱਖ ਸਕਦੇ ਹੋ ਤੁਸੀਂ ਇਹਨੂੰ ਜਿੱਥੇ ਚਾਹੋ ਉੱਥੇ ਤੁਸੀਂ ਰੱਖ ਸਕਦੇ ਹੋ ਸਾਰ ਤੇਸ ਪੌਦਨ ਪਾਣੀ ਪਾਣਾ ਮੇਰੇ ਦੋਸਤੋ ਜ਼ਰੂਰੀ ਹੈ ਇਹ ਜਿੱਥੇ ਮਰਜ਼ੀ ਰੱਖੋ ਤੁਸੀਂ ਇਹ ਪੌਦਾ ਸਦਾ ਬਹਾਰ ਹੈ ਮੇਰੇ ਦੋਸਤੋ ਇਸ ਪੌਦੇ ਦਾ ਨਾ ਟਕੋ ਮੈਂ ਮੇਰੇ ਦੋਸਤੋ ਅਸੀਂ ਟਕੋ ਮੈਂ ਤਾਂ ਤੁਹਾਨੂੰ ਇਸ ਵੀਡੀਓ ਚ ਲਾਉਣ ਦਾ ਤਰੀਕਾ ਦੱਸਣਿਆ ਹੁਣ ਜੀ ਇਹਦਾ ਲਾਉਣ ਦਾ ਤਰੀਕਾ ਕਰੇ ਮੇਰੇ ਦੋਸਤੋ ਇਹ ਡੋੜੀਆਂ ਜਿਹੜੀਆਂ ਨੇ ਇਹ ਇਹਨਾਂ ਦੇ ਬੀਜ ਹੈ ਮੇਰੇ ਦੋਸਤੋ ਐ ਇਹ ਦੇਖੋ ਮੇਰੇ ਦੋਸਤੋ ਇਹ ਇਹਨਾਂ ਦਾ ਬੀਜ ਹੈ ਇਹ ਬੀਜ ਕੱਚਾ ਹੈ ਇਹ ਬੀਜ ਪਕਣਾ ਹੈ ਤੋਂ ਮੇ ਪੱਕਾ ਬੀਜ ਦਿਖਾਣਾ ਆਂਦਾ ਪੱਕਾ ਬੀਜ ਕਿਹੋ ਜਾਂਦਾ ਹੈ ਜਿਹੜਾ ਤਿਆਰ ਬੀਜ ਹੁੰਦਾ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਇਹ ਇਹ ਦੇਖੋ ਮੇਰੇ ਦੋਸਤੋ ਐਂ ਦਾ ਤਿਆਰ ਬੀਜ ਹੈ ਇਹ ਬੀਜ ਦਾ ਤਿਆਰ ਹੈ ਮੇਰੇ ਦੋਸਤੋ ਹੈ ਹੁਣ ਇਹ ਬੀਜ ਅਸੀਂ ਬੀਜਾਂ ਗਮਲੇ ਦੇ ਵਿੱਚ ਤੇ ਮੈਂ ਤੁਹਾਨੂੰ ਦੋਸਤਾਂ ਨੂੰ ਇਹ ਬੀਜ ਬੀਜਣ ਦਾ ਤਰੀਕਾ ਕਰ ਦੱਸਾਂ ਪੀਂ ਦੀ ਤੋਂ ਕੋਮੇ ਦੀ ਅਸੀਂ ਪਨੀਰੀ ਕਿਵੇਂ ਬੀਜਣੀ ਹੈ ਮੇਰੇ ਦੋਸਤੋ ਤੇ ਕਮੇ ਦਾ ਬੂਟਾ ਅਸੀਂ ਜਦ ਤਿਆਰ ਹੋ ਜਾਵੇ ਉਹਨੂੰ ਪਾਟ ਤੇ ਅਗਾ ਸ਼ਾਪਰੀ ਚ ਯਗਮਲੇ ਚ ਜਾਂ ਇਹਨੂੰ ਅਸੀਂ ਅਗਾ ਅਲੱਗ ਦਾ ਕਿਵੇਂ ਕਰ ਤਲਾਵਣਾ ਹੈ ਉਹ ਤਰੀਕਾ ਕਰ ਵੀ ਤੁਹਾਡੇ ਬਰਾਤ ਨੂੰ ਇਸ ਵੀਡੀਓ ਚ ਮੁਕੰਮਲ ਦੱਸ ਸੀ ਮੇਰੇ ਦੋਸਤੋ ਇਹ ਖਾਲੇ ਦੀ ਭਾਲ ਹੈਗੀ ਹੈ ਖਾਲੇ ਦੀ ਭਾਲ ਦੇ ਵਿੱਚ ਅਸੀਂ ਇਹਨੂੰ ਟੁਕੂਮੇ ਦੀ ਪਨੀਰੀ ਬੀਜਾਂਗੇ ਤੁਹਾਡੇ ਦੋਸਤਾਂ ਦੇ ਸਾਹਮਣੇ ਇਹ ਦੇਖੋ ਜੀ ਇਹ ਖਾਲੇ ਦੀ ਭਾਲ ਹੈ ਜੀ ਇਹ ਖਾਲੇ ਦੀ ਭਾਲੇ ਦੇ ਵਿੱਚ ਇਹਦੀ ਪਨੀਰੀ ਬੀਜਾਂਗੇ ਟੁਕੂਮੇ ਦੀ तो हम मुकम्मल तरीके कार मैं दसना में दिया में भी टकोमे की पनीरी सिक्के कि बीजनी है यह देखो जी अस एक गमला ले लिया गमले ने मेरे दोस्तों मेरे बराबर सुराख होना जरूरी है यह देखो यह देखो जी वाला गमला अस ले ले देखो मेरे दोस्तों सुराख वाली जगह बिक्री रखनी है जी यह देखो मेरे दोस्तों एक गमले अदा भर के ਉਸ ਤੋਂ ਬਾਅਦ ਇਸ ਕਮਲ ਨੂੰ ਅਸੀਂ ਹੁਣ ਛੰਡਾਂਗੇ ਥੋੜਾ ਜਿਹਾ ਇਸ ਤਰ੍ਹਾਂ ਫਿਰ ਅਸੀਂ ਇਹਦੇ ਦੁਬਾਰੇ ਹੋਰ ਮਿੱਟੀ ਪਾਵਾਂਗੇ ਇਹ ਦੇਖੋ ਮੇਰੇ ਦੋਸਤੋ ਕਮਲਨਾਂ ਸੇ ਭਰ ਦਿੱਤਾ ਹੈ ਹੁਣ ਇਹਨੂੰ ਤੂੰ ਆ ਜਿਹੜੀਆਂ ਵੱਡੀਆਂ ਵੱਡੇ ਮਿੱਟੀ ਪਈ ਹੈ ਰੋੜੀਆਂ ਜੀਆਂ ਮਿੱਟੀ ਦੀਆਂ ਇਹ ਦੋਸਤਾਂ ਨੂੰ ਮੈਂ ਇਹਨਾਂ ਦਾ ਮੁਕੰਮਲ ਤਰੀਕਾ ਕਰ ਤੱਕ ਮੈਂ ਦਾ ਦੱਸਾਂਗਾ ਇਹ ਦੇਖੋ ਜੀ ਗਮਲਾ ਸੇ ਭਰ ਦਿੱਤਾ ਹੈ ਹੁਣ ਇਹਦੇ ਵਿੱਚ ਅਸੀਂ ਟਕੂਮੇ ਦੀ ਪਨੀਰੀ ਬੀਜਣੀ ਹੈ ਇਹ ਦੇਖੋ ਮੇਰੇ ਦੋਸਤੋ ਹੁਣ ਇਹਦੇ ਜਿਹਾ ਸੀ ਟਕੂਮੇ ਦੀ ਪਨੀਰੀ ਬੀਜਣੇ ਆ ਗਏ ਤੁਹਾਨੂੰ ਦੋਸਤਾਂ ਦੇ ਸਾਹਮਣੇ ਟਕੂਮੇ ਦੀ ਪਨੀਰੀ ਬੀਜਾਂਗੇ ਇਹ ਦੇਖੋ ਜੀ ਗਮਲਾ ਭਰ ਗਿਆ ਹੁਣ ਇਸ ਗਮਲੇ 'ਚ ਅਸੀਂ ਪਾਣਾ ਹੈ ਪਾਣੀ ਪਾਣੀ ਤੇ ਬਾਅਦ ਅਸੀਂ ਪਨੀਰੀ ਬੀਜਾਂਗੇ ਇਸ ਗਮਲੇ 'ਚ ਹਰ ਬਨੀ ਦੀਦਾ ਮੇਰੇ ਦੋਸਤੋ ਅਲੱਗ ਅਲੱਗ ਤਰੀਕੇ ਕਰ ਹੁੰਦਾ ਬੀਜਣ ਦਾ ਇਹ ਦੇਖੋ ਮੇਰੇ ਦੋਸਤੋ ਤੁਹਾਡੇ ਸਾਹਮਣੇ ਅਸੀਂ ਇਸ ਗਮਲੇ ਦੇ ਵਿੱਚ ਪਾਣੀ ਪਾ ਰਹੇ ਹਾਂ ਇਹ ਦੇਖੋ ਮੇਰੇ ਦੋਸਤੋ ਪਾਣੀ ਖੁਸ਼ਕ ਹੋਣ ਦਾ ਇੰਤਜ਼ਾਰ ਕਰਾਂਗੇ ਮੇਰੇ ਦੋਸਤੋ ਪਾਣੀ ਖੁਸ਼ਕ ਹੋ ਗਿਆ ਹੈ ਹੁਣ ਅਸੀਂ ਇੰਦੇ ਚ ਟਕੋਮੇ ਦੀ ਪਨੀਰੀ ਬੀਜਾਂਗੇ ਤੁਹਾਡੀ ਦੋਸਤਾਂ ਦੇ ਅੱਖਾਂ ਦੇ ਸਾਹਮਣੇ ਮਿੱਟੀ ਮੇਰੇ ਦੋਸਤੋ ਜਿੱਤੇ ਆ ਬਟਕੋਮੇ ਦਾ ਪੌਦਾ ਲਾਣਾ ਹੈ ਮਿੱਟੀ ਨਹਿਰ ਦੀ ਭਾਲ ਹੋਣੀ ਚਾਹੀਦੀ ਹੈ ਪਾਣੀ ਮਿੱਠਾ ਲਗਾਣਾ ਹੈ ਕੋਹੜਾ ਪਾਣੀ ਨਹੀਂ ਲਗਾਣਾ ਕੋਹੜੀ ਮਿੱਟੀ ਚ ਪਨੀਰੀ ਨਹੀਂ ਬੀਜਣੀ ਟਕੋਮੇ ਦੀ ਆ ਦੇਖੋ ਮੇਰੇ ਦੋਸਤੋ ਟਕੋਮੇ ਦੇ ਬੀਜ ਹਨ ਹੁਣ ਤੁਹਾਡੇ ਦੋਸਤਾਂ ਦੇ ਸਾਹਮਣੇ ਅਸੀਂ ਉਹਨਾਂ ਟਕਮੇ ਦੇ ਬੀਜ ਬੀਜਾਂਗੇ ਗਮਲੇ 'ਚ ਫਿਰ ਤੋਂ ਉਹਨਾਂ ਦੋਸਤਾਂ ਨੂੰ ਇਹਦੀ ਪਨੀਰੀ ਪਾਟ ਕੇ ਦਿਖਾਵਾਂਗੇ ਇਹਦੀ ਪਨੀਰੀ ਜਿਓ ਅਸੀਂ ਅਲੱਗਾਂ ਕਰੀਏ ਤੇ ਕੀ ਮ ਕਰਾਂਗੇ ਇਹ ਦੇਖੋ ਮੇਰੇ ਦੋਸਤੋ ਇਹਨਾਂ ਨਾ ਵਕਫਾ ਜ਼ਰੂਰੀ ਹੈ ਤਾਂ ਕਿ ਕੱਲ ਨੂੰ ਅਸੀਂ ਇਹਨਾਂ ਨੂੰ ਪਟਿਏ ਪਾਟ ਕੇ ਅੱਗੇ ਲਾਣਾ ਪਨੀਰੀ ਨੂੰ ਤੇ ਉਹ ਕਿਸ ਤਰ੍ਹਾਂ ਲਾਵਾਂਗੇ ਇਹ ਦੇਖੋ ਮੇਰੇ ਦੋਸਤੋ ਇਹਨਾਂ ਗੈਪ ਹੋਣਾ ਜ਼ਰੂਰੀ ਹੈ ਆਡੇ ਦੋਸਤਾਂ ਦੀ ਸਹਾਨੀ ਵਾਸਤੇ ਮੈਂ ਜ਼ਿਆਦਾਤਰ ਵੀਡੀਓ ਪੰਜਾਬੀ ਚ ਬਣਾਉਣਾ ਹਾਂ ਤਾਂ ਕਿ ਮੇਰੇ ਦੋਸਤਾਂ ਨੂੰ ਸਮਝਣੇ ਚ ਆਸਾਨੀ ਹੋਵੇ ਐ ਦੇਖੋ ਮੇਰੇ ਦੋਸਤੋ ਬੀਜ ਜਿਵੇਂ ਮੇਰੇ ਦੋਸਤੋ ਸਾਰੇ ਬੀਜ ਦਿੱਤੇ ਨੇ ਗਮਲੇ ਦੇ ਵਿੱਚ ਰੱਖ ਦਿੱਤੇ ਨੇ ਹੁਣ ਇਹਨਾਂ ਨੂੰ ਅਸੀਂ ਤੋਂ ਇਹਨਾਂ ਦਾ ਦਬਾਉਣ ਦਾ ਤਰੀਕਾ ਦੱਸਾਂਗੇ ਇਹ ਦੇਖੋ ਉਂਗਲ ਦੇ ਨਾਲ ਮੇਰੇ ਦੋਸਤੋ ਤੁਹਾਡੇ ਸਾਹਮਣੇ ਆ ਦਬਾ ਰਹੇ ਹਾਂ ਹਲਕਾ ਹਲਕਾ ਦਬਾਣਾ ਹੈ ਇਹ ਦੇਖੋ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਅਸੀਂ ਉਂਗਲ ਦੇ ਨਾਲ ਦਬਾ ਰਹੇ ਹਾਂ ਇਹਨਾਂ ਨੂੰ ਦੇਖੋ ਮੇਰੇ ਦੋਸਤੋ ਸਾਰੇ ਟਕੂਮੇ ਦੇ ਬੀਜ ਅਸੀਂ ਦਬਾ ਦਿੱਤੇ ਨੇ ਹੁਣ ਇਹਦੇ ਉੱਤੇ ਮਿੱਟੀ ਪਾਣੀ ਹੈ ਬਰੀਕ ਬਰੀਕ ਮਿੱਟੀ ਇੰਨੇ ਕੁ ਪਾਣੀ ਹੈ ਆਹ ਦੇਖੋ ਮੇਰੇ ਦੋਸਤੋ ਇਹ ਆ ਬੀਜ ਨਜ਼ਰ ਨਾ ਆਉਣ ਜ਼ਿਆਦਾ ਮਿੱਟੀ ਨਹੀਂ ਪਾਣੀ ਮੇਰੇ ਦੋਸਤੋ ਦੇਖੋ ਮੇਰੇ ਦੋਸਤੋ ਅਸੀਂ ਮਿੱਟੀ ਪਾ ਦਿੱਤੀ ਹੈ ਹੁਣ ਬੀਜ ਨਜ਼ਰ ਨਹੀਂ ਆ ਰਹੇ ਮੇਰੇ ਦੋਸਤੋ ਆਹ ਦੇਖੋ ਮੇਰੇ ਦੋਸਤੋ ਐਸੀ ਮੇਰੇ ਦੋਸਤੋ ਟਕੋਮੇ ਦੀ ਪਨੀਰੀ ਬੀਜਾਂ ਦਾ ਤਰੀਕਾ ਕਰ ਮੇਰੇ ਦੋਸਤੋ ਹੁਣ ਅਸੀਂ ਦੋਸਤਾਂ ਨੂੰ ਟਕੋਮੇ ਦਾ ਤਿਆਰ ਪੌਦਾ ਪਾਟ ਕੇ ਅੱਗੇ ਗਮਲੇ ਚ ਲਾਉਣ ਦਾ ਤਰੀਕਾ ਦੱਸਾਂਗੇ ਦੋਸਤਾਂ ਨੂੰ ਤੇ ਮੁਕੰਮਲ ਤਰੀਕਾ ਕਰ ਤੁਹਾਨੂੰ ਦੱਸਾਂਗੇ ਇਹ ਜਿਹੜੀ ਅਸੀਂ ਪਨੀਰੀ ਬੀਜੇ ਨੇ ਮੇਰੇ ਦੋਸਤੋ ਗਮਲੇ ਨੂੰ ਰੋਜ਼ ਪਾਣੀ ਨਹੀਂ ਪਾਣਾ ਇਨੂੰ ਪਾਣਾ ਹੈ 5ਵੇਂ 7ਵੇਂ ਦਿਨ ਪਾਣੀ ਪਾਣਾ ਹੈ ਇਹ ਪਨੀਰੀ ਆ ਗਮਲਾ ਮੇਰੇ ਦੋਸਤੋ ਛਾਵੇਂ ਰੱਖਣਾ ਧੁੱਪੇ ਨਹੀਂ ਰੱਖਣਾ ਇਹਨੂੰ ਰੋਜ਼ ਨਹੀਂ ਪਾਣਾ ਜਦੋਂ ਪਾਣਾ ਹੈ ਇਸ ਗਮਲੇ ਨੂੰ ਇਹ ਦੇਖ ਲਓ ਮੇਰੇ ਦੋਸਤੋ ਦੋ ਦਫਾ ਭਰਨਾ ਹੈ ਦੋ ਦਫਾ ਭਰਨਾ ਹੈ ਤਾਂ ਕਿ ਪਾਣੀ ਥੱਲੇ ਤੱਕ ਚਲਾ ਜਾਵੇ ਥੋੜਾ ਪਾਣੀ ਪਾਵਾਂਗੇ ਤੇ ਪਨੀਰੀ ਆਪਣੀ ਤਿਆਰ ਨਹੀਂ ਹੋਣੀ ਪੌਦਾ ਖੁਸ਼ਕ ਹੋ ਜਾਸੇ ਹੁਣ ਅਸੀਂ ਤੁਹਾਨੂੰ ਦੋਸਤਾਂ ਨੂੰ ਟਕੂਮੇ ਦਾ ਪੌਦਾ ਪਨੀਰੀ ਵਾਲਾ ਪਾਟ ਕੇ ਗਮਲੇ ਚ ਲਗਾਉਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਦੋਸਤਾਂ ਨੂੰ ਆ ਦੇਖੋ ਮੇਰੇ ਦੋਸਤੋ ਐਨਰ ਦੀ ਭੜ ਪਈਏ ਜਿਸ ਤਰ੍ਹਾਂ ਅਸੀਂ ਪਨੀਰੀ ਬੀਜੀ ਸੀ ਟਕੋਮੇ ਦੀ ਉਸੇ ਤਰ੍ਹਾਂ ਹੀ ਅਸੀਂ ਐ ਟਕੋਮੇ ਦੀ ਪਨੀਰੀ ਪਾਟ ਕੇ ਤੁਹਾਨੂੰ ਦੋਸਤਾਂ ਨੂੰ ਗਮਲੇ ਚ ਲਗਾ ਕੇ ਦਿਖਾਸਾਂ ਕਿ ਟਕੋਮੇ ਦੀ ਪਨੀਰੀ ਅਸੀਂ ਗਮਲੇ ਚ ਕਿਵੇਂ ਲਗਾਣੀ ਹੈ ਆ ਦੇਖੋ ਮੇਰੇ ਦੋਸਤੋ ਅਸੀਂ ਨਵਾਂ ਗਮਲਾ ਲੈਂਦਾ ਇਹ ਵੀ ਗਮਲਾ ਸਰਾ ਖੜਾ ਮੇਰੇ ਦੋਸਤੋ ਇਹਦੇ ਚ ਅਸੀਂ ਬਿਖਰੀ ਰੱਖਣ ਲੱਗੇ ਆ ਇਹ ਦੇਖੋ ਮੇਰੇ ਦੋਸਤੋ ਮਿੱਟੀ ਅਸੀਂ ਰੱਖ ਦਿੱਤੀ ਹੁਣ ਇਹਨੂੰ ਵੀ ਅਸੀਂ ਮਿੱਟੀ ਦੇ ਨਾਲ ਭਰ ਦੇਾਂਗੇ ਇਹ ਦੇਖੋ ਮੇਰੇ ਦੋਸਤੋ ਗਮਲੇ ਨਾਲ ਅਸੀਂ ਭਰ ਦਿੱਤਾ ਹੈ ਮਿੱਟੀ ਦੇ ਨਾਲ ਇਹ ਦੇਖੋ ਮੇਰੇ ਦੋਸਤੋ ਹੁਣ ਅਸੀਂ ਇਹਨੂੰ ਚੱਕ ਕੇ ਤੇ ਇਸ ਤਰ੍ਹਾਂ ਛੰਡਣਾ ਹੈ ਤਾਂ ਕਿ ਇਹ ਮਿੱਟੀ ਜਿਹੜੀ ਹੈ ਥੱਲੇ ਬੈ ਜਾਵੇ ਇਹ ਦੇਖੋ ਮੇਰੇ ਦੋਸਤੋ ਗਮਲਾ ਮੁਕੰਮਲ ਭਰ ਦਿੱਤਾ ਅਸੀਂ ਹੁਣ ਆ ਜਿਹੜੇ ਉੱਤੇ ਤੇ ਮੋਟੀ-ਮੋਟੀ ਮਿੱਟੀ ਪਈ ਸੀ ਵੱਡੀ-ਵੱਡੀ ਐਸੀ ਚੱਕ ਲਈ ਹੈ ਹੁਣ ਮੇਰੇ ਦੋਸਤੋ ਇਹ ਦੇਖੋ ਹੁਣ ਅਸੀਂ ਐਟ ਕੋਮੇ ਦੀ ਪਨੀਰੀ ਇਸ ਗਮਲੇ ਦੇ ਵਿੱਚ ਲਗਾਵਾਂਗੇ ਤੁਹਾਡੇ ਦੋਸਤਾਂ ਦੇ ਸਾਹਮਣੇ ਇਹ ਦੇਖੋ ਮੇਰੇ ਦੋਸਤੋ ਹੁਣ ਅਸੀਂ ਇਸ ਗਮਲੇ ਨੂੰ ਪਾਣੀ ਨਾਲ ਭਰ ਦੇਾਂਗੇ ਲਾਣ ਲੱਗਾਂ ਫਿਰ ਆਸਾਨੀ ਬਣਣੀ ਹੈ ਹਰ ਪਨੀਰੀ ਦਾ ਹਰ ਪੌਦੇ ਲਗਾਉਣ ਦਾ ਮੇਰੇ ਦੋਸਤੋ ਅਲੱਗ-ਅਲੱਗ ਦਾ ਤਰੀਕਾ ਕਰ ਹੁੰਦਾ ਦੇ ਦੋਸਤੋ ਆ ਦੇਖੋ ਪਾਣੀ ਖੁਸ਼ਕ ਹੋ ਰਿਹਾ ਹੈ ਫਿਰ ਮੈਂ ਤੁਹਾਨੂੰ ਦੋਸਤਾਂ ਨੂੰ ਇਹਦਾ ਲਗਾਉਣ ਦਾ ਤਰੀਕਾ ਦੱਸਾਂ ਏਕ ਪਨੀਰੀ ਅਸੀਂ ਗਮਲੇ ਚ ਕਿਵੇਂ ਲਗਾਵਾਂਗੇ ਆ ਦੇਖੋ ਮੇਰੇ ਦੋਸਤੋ ਪਾਣੀ ਖੁਸ਼ਕ ਹੋ ਗਿਆ ਹੈ ਹਲਕਾ ਫੁਲਕਾ ਖੜਾ ਹੈ ਪਾਣੀ ਤੇ ਅਸੀਂ ਇਹ ਦੇਖੋ ਉਂਗਲੀ ਦੇ ਨਾਲ ਇਹਨੂੰ ਸੁਰਾਖ ਕਰਾਂਗੇ ਆ ਦੇਖੋ ਮੇਰੇ ਦੋਸਤੋ ये देखो मेरे दोस्तों असि कोमे का पौधा लगा दिता है। देखो मेरे दोस्तों असि इस गमले पौधे लगावे तीस दो भी लगा सकते हो जिन्हें पौधे ज़्यादा लगाओगे ਚਾਰ ਤੋਂ ਜ਼ਿਆਦਾ ਨਹੀਂ ਲਗਾਣੇ ਮੇਰੇ ਦੋਸਤੋ ਚਾਰ ਪੌਦੇ ਇੱਕ ਗਮਲੇ ਲਗਾਓਗੇ ਖੂਬਸੂਰਤੀ ਗਮਲੇ ਦੀ ਬਣ ਜਾਏਗੀ ਜ਼ਿਆਦਾ ਗਮਲਾ ਖੂਬਸੂਰਤ ਲੱਗੇਗਾ ਆ ਦੇਖੋ ਮੇਰੇ ਦੋਸਤੋ ਹਟਕੋਮੇ ਦੇ ਪੌਦੇ ਅਸੀਂ ਲਗਾ ਦਿੱਤੇ ਨੇ ਗਮਲੇ ਦੇ ਵਿੱਚ ਆ ਦੇਖੋ ਮੇਰੇ ਦੋਸਤੋ ਹੁਣ ਅਸੀਂ ਇਹਨਾਂ ਦੁਬਾਰੇ ਫਿਰ ਪਾਣੀ ਲਗਾਵਾਂਗੇ ਆ ਦੇਖੋ ਮੇਰੇ ਦੋਸਤੋ ਦੁਬਾਰੇ ਫਿਰ ਇਹਨਾਂ ਨੂੰ ਸੀ ਪਾਣੀ ਲਗਾ ਦਿੱਤਾ ਹੈ ਮੇਰੇ ਦੋਸਤੋ ਇਸ ਤਰ੍ਹਾਂ ਇਸ ਨੂੰ ਫੁੱਲ ਆਣਗੇ ਫਿਰ ਇਸ ਤਰ੍ਹਾਂ ਇਹਨਾਂ ਫੁੱਲ ਫਿਰ ਲੱਗਣਗੇ ਅਗਰ ਵਿਰਾਹ ਦੀ ਵੀਡੀਓ ਪਸੰਦ ਆਵੇ ਤੇ ਵਿਰਾਹ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਆ ਚ ਤੇ ਘੰਟੀ ਨੂੰ ਆਲ ਤੇ ਕਲਿੱਕ ਕਰਿਆ ਚ ਤੇ ਮਿਲਸਾਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਅੱਲਾਹ ਹਾਫਿਜ਼